ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਤੇ ਤੇ ਅੱਜ ਮੈਂ ਤੁਹਾਡੇ ਲਈ ਨਵਾਂ ਜੌਬ ਅਪਡੇਟ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਮਾਰਕਸਫੈਡ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਮੈਂ ਪੂਰੀ ਡਿਟੇਲ ਵਿੱਚ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਕੀ ਐਲੀਜੀਬਿਲਿਟੀ ਤੁਹਾਡੀ ਇਹਦੇ ਵਿੱਚ ਰਹੇਗੀ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਜ਼ਰੂਰ ਦੇਖ ਲਿਓ ਤਾਂ ਕਿ ਤੁਹਾਨੂੰ ਕੋਈ ਡਾਊਟ ਜਨਾ ਰਵੇ ਔਰ ਅਗਰ ਤੁਹਾਨੂੰ ਫਿਰ ਵੀ ਕੋਈ ਡਾਊਟ ਰਹਿੰਦਾ ਹੈ ਜਾਂ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਸਾਰੇ ਕੈਂਡੀਡੇਟ ਐਲੀਜੀਬਲ ਹੋਣ ਵੀਡੀਓ ਬਹੁਤ ਹੀ ਜ਼ਰੂਰੀ ਹੋਣ ਵਾਲੀ ਹੈ ਕਿਉਂਕਿ ਪੰਜਾਬ ਮਾਰਕਫੈਟ ਦੇ ਵਿੱਚ ਕਾਫੀ ਟਾਈਮ ਤੋਂ ਬਾਅਦ ਜਿਹੜੀ ਹੈ ਪਰਤੀ ਆਊਟ ਕੀਤੀ ਗਈ ਹੈ ਜੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਜ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਟਾਈਮ ਤੇ ਮਿਲਦਾ ਰਹੇ ਔਰ ਤੁਸੀਂ ਸਾਡੀ ਵੈਬਸਾਈਟ ਜੋ ਕਿ www.clori.com ਹੈ ਤੁਸੀਂ ਉਸ ਤੇ ਵੀ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਫਿਲ ਕਰਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਦੋਂ ਵੀ ਤੁਹਾਨੂੰ ਜਿਹੜਾ ਨਵੇਂ-ਨਵੇਂ ਨੋਟੀਫਿਕੇਸ਼ਨ ਜਿਹੜੇ ਮਿਲਦੇ ਰਹਿ ਗਣ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਤੁਸੀਂ ਉਹਦਾ ਸਟੱਡੀ ਸਟੱਡੀ ਮਟੀਰੀਅਲ ਸਾਡੀ ਵੈਬਸਾਈਟ ਔਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਲਿੰਕ ਵੀ ਦੇ ਦਾਂਗਾ ਤੁਸੀਂ ਉੱਥੇ ਵੀ ਕਲਿੱਕ ਕਰਕੇ ਡਾਊਨਲੋਡ ਕਰ ਲੈਣਾ ਔਰ ਤੁਸੀਂ ਸਟੈਪ ਬਾਈ ਸਟੈਪ ਜਿਹੜਾ ਉਹ ਚ ਆਪਣੀ ਤਿਆਰੀ ਵੀ ਕਰ ਸਕਦੇ ਹੋ ਕਿਉਂਕਿ ਉਹ ਚ ਅਲੱਗ-ਅਲੱਗ ਪੀਡੀਐਫ ਜਿਹੜੀਆਂ ਨੇ ਅਸੀਂ ਅਪਡੇਟ ਕੀਤੀਆਂ ਹੋਈਆਂ ਨੇ ਕੁਆਲਿਫੀਕੇਸ਼ਨ ਦੇ ਔਰ ਤੁਹਾਡੇ ਟੈਸਟ ਦੇ ਅਕੋਰਡਿੰਗਲੀ ਸੋ ਚੈੱਕ ਕਰਕੇ ਜ਼ਰੂਰ ਨਾਲ ਤਿਆਰੀ ਆਪਣੀ ਪੱਕੀ ਕਰ ਲੈਣਾ ਜੀ ਔਰ ਹੁਣ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰੋਗੇ ਤੇ ਕੌਣ-ਕੌਣ ਜਿਹੜੇ ਐਲੀਜੀਬਲ ਹੋਣ ਵਾਲਾ ਹੈ ਜੀ ਸੋ ਇਹ ਵੀ ਇਹ ਜੋਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰ ਐਂਡ ਫੈਡਰੇਸ਼ਨ ਲਿਮਟਿਡ ਵੱਲੋਂ ਜਿਹੜਾ ਹੈ ਉਹ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਵਿੱਚ ਹੈ ਔਰ ਇਹ ਇੱਕ ਸਟੇਟ ਪਬਲਿਕ ਸੈਕਟਰ ਜਿਹੜਾ ਅੰਡਰਟੇਕਿੰਗ ਹੈਗਾ ਜੀ ਇਸ ਦੇ ਵਿੱਚ ਜਿਹੜੀ ਟੋਟਲ ਤੁਹਾਡੇ ਵਰਕਿੰਗ ਡੇ ਹੋਣਗੇ 6 ਹੋਣਗੇ ਔਰ ਇਸ ਦੇ ਵਿੱਚ ਤੁਹਾਡੀ ਨੈਕਸਟ ਅਗਰ ਗੱਲ ਕਰੀਏ ਡਰੈਸ ਦੀ ਇਹ ਲੋਕੇਸ਼ਨ ਜਿਹੜੀ ਹੈ ਜੀ ਪੱਟੀਆਂ ਖੰਨਾ ਪੰਜਾਬ ਦੇ ਵਿੱਚ ਹੈ ਲੁਧਿਆਣਾ ਦੇ ਅੰਦਰ ਉੱਥੇ ਤੁਹਾਡੀ ਲੋਕੇਸ਼ਨ ਜਿਹੜੀ ਉਹ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਜਿਹੜੇ ਵੀ ਜਿਹੜੇ ਵੀ ਕੈਂਡੀਡੇਟਸ ਨੇ 10th ਕੀਤੀ ਹੋਈ ਹੈ ਸਾਇੰਸ ਔਰ ਮੈਥਮੈਟਿਕਸ ਦੇ ਨਾਲ ਉਹ ਐਲੀਜੀਬਲ ਨੇ ਤੇ ਇਸ ਪੋਸਟ ਲਈ ਅਪਲਾਈ ਕਰ ਸਕਦੇ ਨੇ ਜੀ ਇਸ ਦੇ ਵਿੱਚ ਤੁਹਾਡੀ ਅਗਰ ਅਸੀਂ ਗੱਲ ਕਰੀ ਕਿ ਕਿਹੜੀ ਪੋਸਟ ਹੈ ਇਹਦੇ ਵਿੱਚ ਬੋਇਲਰ ਅਟੈਂਡੈਂਟ ਦੀ ਤੁਹਾਡੀ ਜਿਹੜੀ ਹੈ ਉਹ ਪੋਸਟ ਰਹੇਗੀ ਜੀ ਔਰ ਇਸ ਦੇ ਵਿੱਚ ਜਿਹੜੀ ਹੈ ਇੱਕ 25 ਮੰਨ ਦਾ ਡਿਊਰੇਸ਼ਨ ਹੋਏਗਾ ਟੋਟਲ ਤੁਹਾਡਾ ਜਿਹੜਾ ਇਸ ਦੇ ਵਿੱਚ ਇਹ ਤੁਹਾਡੀ ਜਿਹੜੀ ਹੈ ਇੱਕ ਤਰ੍ਹਾਂ ਦੀ ਟ੍ਰੇਨਿੰਗ ਦੇ ਰੂਪ ਵਿੱਚ ਰਹੇਗੀ ਜੋ ਕਿ ਤੁਸੀਂ ਅਗਰ ਲਗਾ ਲੈਂਦੇ ਹੋ ਕੱਲ ਨੂੰ ਤੁਸੀਂ ਆਪਣਾ ਜਿਹੜਾ ਐਕਸਪੀਰੀਅੰਸ ਉਹ ਦਿਖਾ ਪਾਉਂਗੇ ਔਰ ਇਸ ਦੇ ਵਿੱਚ ਤੁਹਾਨੂੰ ਸੈਲਰੀ ਵੀ ਦਿੱਤੀ ਜਾਏਗੀ ਇਸ ਦੇ ਵਿੱਚ ਤੁਹਾਨੂੰ ਨੈਕਸਟ ਅਸੀਂ ਗੱਲ ਕਰਦੇ ਹਾਂ ਤੁਹਾਡੀ ਜਿਹੜੀ ਹੈ ਟੋਟਲ ਨੰਬਰ ਆਫ ਪੋਸਟ ਕਿੰਨੀਆਂ ਨੇ ਉਹ ਰਹਿਣਗੀਆਂ ਜੀ 4 ਔਰ ਉਸ ਦੇ ਵੀ ਤੁਹਾਨੂੰ ਸਟਾਈਫੰਡ ਜਿਹੜਾ ਦਿੱਤਾ ਜਾਏਗਾ ਉਹ 7000 ਤੋਂ ਲੈ ਕੇ 8050 ਰੁਪਏ ਤੁਹਾਡਾ ਜਿਹੜਾ ਸਟਾਈਫੰਡ ਹੈ ਉਹ ਰਹਿਣ ਵਾਲਾ ਹੈ ਜੀ ਵੈਸੇ ਅਗਰ ਅਸੀਂ ਗੱਲ ਕਰੀਏ ਕਿ ਤੁਹਾਡੀ ਸੈਲਰੀ ਥੋੜੀ ਕਾਟਾ ਹੈ ਲੇਕਿਨ ਇੱਕ ਤਰ੍ਹਾਂ ਨਾਲ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਤੁਹਾਡਾ ਐਕਸਪੀਰੀਅੰਸ ਵੀ ਵਧੇਗਾ ਔਰ ਇਸ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਤਰ੍ਹਾਂ ਦਾ ਤੁਸੀਂ ਐਕਸਪੀਰੀਅੰਸ ਕਾਊਂਟ ਵੀ ਕਰਾ ਸਕਦੇ ਹੋਗੇ ਕੱਲ ਨੂੰ ਤੁਸੀਂ ਕੋਈ ਵੀ ਐਸੀ ਪੋਸਟ ਲਈ ਭਰਨਾ ਚਾਹੁੰਦੇ ਹੋ ਜਿੱਥੇ ਐਕਸਪੀਰੀਅੰਸ ਰਿਕੁਆਇਰਡ ਹੈ ਔਰ ਨੈਕਸਟ ਅਸੀਂ ਗੱਲ ਕਰਦੇ ਹਾਂ ਇਹਦੇ ਲਈ ਸਪੈਸੀਫਿਕਲੀ ਮੇਲ ਕੈਂਡੀਡੇਟ ਹੀ ਅਪਲਾਈ ਕਰ ਪਾਣਗੇ ਔਰ ਇਹਦੇ ਵਿੱਚ ਤੁਹਾਨੂੰ ਹੋਰ ਵੀ ਜਿਹੜੇ ਬੈਨੀਫਿਟ ਨੇ ਉਹ ਦਿੱਤੇ ਜਾਣਗੇ ਜੋ ਕਿ ਇਹਦੇ ਵਿੱਚ ਨੈਸ਼ਨਲ ਇੰਟਰਪ੍ਰੀਨਿਓਰਸ਼ਿਪ ਜਿਹੜੀ ਪ੍ਰੋਗਰਾਮਿੰਗ ਸਕੀਮ ਦੇ ਅੰਡਰ ਜਿਹੜੀ ਤੁਹਾਨੂੰ ਰਹਿਣਗੇ ਜੀ ਇਸ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕੁਆਲਿਫੀਕੇਸ਼ਨ ਆਲਰੇਡੀ ਦੱਸ ਹੀ ਚੁੱਕਾ ਹਾਂ ਜੀ ਤੁਸੀਂ ਜਿਹੜਾ ਇਹਨੂੰ ਅਪਲਾਈ ਕਰਨ ਦੇ ਲਈ ਕੀ ਕਰਨਾ ਹੈ ਇੱਥੇ ਤੁਸੀਂ ਜਿੱਦਾਂ ਹੀ ਇਹ ਵਾਲਾ ਲਿੰਕ ਓਪਨ ਕਰੋਗੇ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲੇ ਨੰਬਰ ਤੇ ਹੀ ਆ ਰਿਹਾ ਹੈ ਅਪਲਾਈ ਫਾਰ ਥਿਸ ਓਪਰਚ्युनिटी ਇਸ ਦੇ ਵਿੱਚ ਤੁਸੀਂ ਦੋ ਸਟੈਪ ਦੇ ਵਿੱਚ ਜਿਹੜੀ ਆਪਣੀ ਜੌਬ ਦੇ ਲਈ ਅਪਲਾਈ ਕਰਨਾ ਹੈ ਫਰਸਟ ਸਟੈਪ ਹੈ ਤੁਹਾਡਾ ਰਜਿਸਟ੍ਰੇਸ਼ਨ ਜਿਹਦੇ ਲਈ ਜਿੱਦਾਂ ਇਹ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈਗਾ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ ਉੱਥੋਂ ਤੁਹਾਨੂੰ ਅਪਲਾਈ ਔਨਲਾਈਨ ਦਾ ਲਿੰਕ ਮਿਲੇਗਾ ਉੱਤੇ ਕਲਿੱਕ ਕਰੋਗੇ ਤੁਸੀਂ ਇਹ ਵਾਲੀ ਵੈਬਸਾਈਟ ਦੇ ਉੱਪਰ ਜਿਹ ਕਰਨੀ ਹੈ ਜਿਸ ਦੇ ਵਿੱਚ ਤੁਹਾਡੀ ਈਮੇਲ ਆਈਡੀ ਤੁਹਾਡਾ ਕੰਟੈਕਟ ਨੰਬਰ ਜਿਹੜਾ ਤੁਹਾਨੂੰ ਪੁੱਛਿਆ ਜਾਏਗਾ ਔਰ ਉਹ ਫਿਲ ਕਰਨ ਤੋਂ ਬਾਅਦ ਯੂਜ਼ਰ ਨੇਮ ਪਾਸਵਰਡ ਜਨਰੇਟ ਕਰ ਲੈਣਾ ਹੈ ਜੀ ਜਿੱਦਾਂ ਯੂਜ਼ਰ ਨੇਮ ਪਾਸਵਰਡ ਜਨਰੇਟ ਹੋ ਜਾਏਗਾ ਤੁਸੀਂ ਲੌਗਇਨ ਕਰਨਾ ਹੈ ਆਪਣੀ ਪਰਸਨਲ ਇਨਫੋਰਮੇਸ਼ਨ ਜਿੱਦਾਂ ਕੀ ਤੁਹਾਡਾ ਨਾਮ ਤੁਹਾਡਾ ਐਡਰੈਸ ਤੁਹਾਡੀ ਕੁਆਲੀਫਿਕੇਸ਼ਨ ਦੇ ਸਰਟੀਫਿਕੇਟ ਔਰ ਤੁਹਾਡੀ ਕੋਈ ਐਕਸਪੀਰੀਅੰਸ ਆ ਉਹ ਵੀ ਤੁਸੀਂ ਮੈਂਸ਼ਨ ਕਰ ਦੇਣਾ ਹੈ ਜੀ ਉਹ ਮੈਂਸ਼ਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਲੌਗਇਨ ਜ਼ਰੂਰ ਕਰ ਲੈਣਾ ਕਿਉਂਕਿ ਉਸ ਤੋਂ ਬਿਨਾਂ ਤੁਸੀਂ ਜਿਹੜਾ ਅਪਲਾਈ ਨਹੀਂ ਕਰ ਪਾਉਂ ਹਰਤੀ ਹੈ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਵੈਬਸਾਈਟ ਤੇ ਅਪਡੇਟ ਕਰ ਚੁੱਕੇ ਹਾਂ ਜਿਹਦੇ ਲਈ ਪੰਜਾਬ ਕੈਂਡੀਡੇਟ ਵੀ ਐਲੀਜੀਬਲ ਨੇ ਸੋ ਅਸੀਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦਾ ਨੋਟੀਫਿਕੇਸ਼ਨ ਲੈ ਕੇ ਆਉਣੇ ਚਾਹੀਏ ਉਹ ਸੈਂਟਰ ਦਾ ਹੋਵੇ ਸਟੇਟ ਦਾ ਹੋਵੇ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਤੁਹਾਡੇ ਤੱਕ ਅਸੀਂ ਅਪਡੇਟ ਕਰਦੇ ਰਹਨੇ ਸੋ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਡਾ ਕੋਈ ਡਾਊਟ ਜਿਹੜਾ ਉਹ ਨਾ ਰਹਿ ਜਾਵੇ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ